ਕੀ ਤੁਸੀਂ ਜਾਣਦੇ ਹੋ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਜ਼ਿਆਦਾ ਜ਼ਾਲਮ ਅਪਰਾਧੀ ਕਿਹੜਾ ਹੈ? ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਭਾਰਾ ਇਨਸਾਨ ਕੌਣ ਹੈ ਤੇ ਉਸ ਦਾ ਵਜ਼ਨ ਕਿੰਨਾ ਸੀ? ਕੀ ਤੁਸੀਂ ਜਾਣਦੇ ਹੋ ਇਤਿਹਾਸ ਦੇ ਵਿੱਚ ਇੱਕ ਮੁਰਗੀ ਦੇ ਉੱਪਰ ਵੀ ਮੁਕੱਦਮਾ ਚੱਲਿਆ ਸੀ? ਇਤਿਹਾਸ ਦੇ ਵਿੱਚ ਅਜਿਹੀ ਕਿਹੜੀ ਇੱਕ ਬਿਮਾਰੀ ਆਈ ਸੀ ਜਿਸ ਦੇ ਨਾਲ ਖੜਾ ਖੜਾ ਇਨਸਾਨ ਹੀ ਬੁੱਤ ਬਣ ਜਾਂਦਾ ਸੀ? ਉਦੋਂ ਕੀ ਹੋਇਆ ਸੀ ਜਦੋਂ ਕੁਝ ਸਾਲ ਪਹਿਲਾਂ ਇਨਸਾਨ ਅਤੇ ਚਪੈਂਜੀ ਦੇ ਬੱਚਿਆਂ ਨੂੰ ਇਕੱਠਿਆਂ ਪਾਲਿਆ ਗਿਆ ਸੀ? ਅਜਿਹੀ ਇਤਿਹਾਸ ਦੇ ਬਾਰੇ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਇਨਫੋਰਮੇਸ਼ਨ ਮਿਲ ਸਕੇ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਕਾਰਲ ਪੈਂਜਰਮ ਨਾਮ ਦਾ ਇਹ ਇਨਸਾਨ ਅੱਜ ਤੱਕ ਦੇ ਇਤਿਹਾਸ ਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਜ਼ਾਲਮ ਸੀਰੀਅਲ ਕਿਲਰ ਸੀ। ਇਸਨੇ ਇੱਕ ਵਾਰ ਕਿਹਾ ਸੀ ਕਿ ਮੈਨੂੰ ਸਿਰਫ ਦੋ ਗੱਲਾਂ ਦਾ ਅਫਸੋਸ ਹੈ। ਉਹਨਾਂ ਦੇ ਵਿੱਚੋਂ ਇੱਕ ਇਸਨੇ ਇਹ ਕਿਹਾ ਸੀ ਕਿ ਮੈਨੂੰ ਇਹ ਅਫਸੋਸ ਰਹੇਗਾ ਸਾਰੀ ਜ਼ਿੰਦਗੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜਾਨਵਰਾਂ ਦੇ ਨਾਲ ਚੰਗਾ ਵਤੀਰਾ ਨਹੀਂ ਕੀਤਾ, ਤੇ ਇਸਨੇ ਕਿਹਾ ਦੂਜਾ ਮੈਨੂੰ ਇਹ ਅਫਸੋਸ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਮਨੁੱਖਤਾ ਜਾਤੀ ਨੂੰ ਖਤਮ ਨਹੀਂ ਕਰ ਪਾਇਆ। ਇਸ ਵੀਡੀਓ ਦੇ ਵਿੱਚ ਤੁਸੀਂ ਇਤਿਹਾਸ ਨਾਲ ਜੁੜੇ ਅਜਿਹੇ ਤੱਥ ਸੁਣੋਗੇ। ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ 1960 ਵਿੱਚ ਲਈ ਗਈ ਸੀ ਤੁਰਕੀ ਦੇ ਇਸਤਾਨਬੁਲ ਸ਼ਹਿਰ ਵਿੱਚ। ਉਸ ਟਾਈਮ ਬੀਅਰ ਬਾਰ ਦੇ ਮਾਲਕਾਂ ਵੱਲੋਂ ਬਾਸਕਟਮੈਨ ਕਿਰਾਏ ਦੇ ਉੱਪਰ ਰੱਖੇ ਜਾਂਦੇ ਸੀ, ਤੇ ਉਹਨਾਂ ਬਾਸਕਟਮੈਨ ਦਾ ਕੰਮ ਹੁੰਦਾ ਸੀ ਨਸ਼ੇ ਦੇ ਵਿੱਚ ਧੁੱਤ ਸ਼ਰਾਬੀਆਂ ਨੂੰ ਆਪਣੀ ਟੋਕਰੀ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਛੱਡ ਕੇ ਆਉਣਾ। ਜੌਨ ਗਰੋਵਰ ਮਿਨੋਕ ਨਾਮ ਦਾ ਇਹ ਅਮਰੀਕਨ ਇਨਸਾਨ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਜ਼ਿਆਦਾ ਭਾਰਾ ਇਨਸਾਨ ਸੀ। ਇੱਕ ਸਮੇਂ ਤੇ ਇਸ ਦਾ ਵਜ਼ਨ 635 ਕਿਲੋਗ੍ਰਾਮ ਸੀ। ਇਹ ਅੱਜ ਤੱਕ ਦਾ ਇਤਿਹਾਸ ਦੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਜ਼ਿਆਦਾ ਭਾਰਾ ਇਨਸਾਨ ਹੈ, ਤੇ ਇੱਕ ਟਾਈਮ ਤੇ ਇਹ ਇਨਸਾਨ ਨੇ ਆਪਣਾ 419 ਕਿਲੋਗ੍ਰਾਮ ਵਜ਼ਨ ਘੱਟ ਕਰ ਲਿਆ ਸੀ, ਜਿਹੜਾ ਕਿ ਇਤਿਹਾਸ ਦੇ ਵਿੱਚ ਦਰਜ ਦੂਜਾ ਹਿਊਮਨ ਵੇਟ ਲਾਸ ਹੈ। 1915 ਦੇ ਵਿੱਚ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਇੱਕ ਅਜਿਹੀ ਰਹੱਸਮਈ ਬਿਮਾਰੀ ਆਈ ਸੀ ਜਿਸ ਦਾ ਨਾਮ ਸੀ ਇਨਸੈਫੇਲਿਟਸ ਲਿਦਾਰਜਿਕਾ। ਇਹ ਬਿਮਾਰੀ ਦਿਮਾਗ ਦੇ ਉੱਪਰ ਅਟੈਕ ਕਰਦੀ ਸੀ, ਤੇ ਇਹ ਬਿਮਾਰੀ ਦੇ ਨਾਲ ਗ੍ਰਸਤ ਇਨਸਾਨ ਖੜਾ ਖੜਾ ਸਟੈਚੂ ਜਾਣੀ ਕਿ ਬੁੱਤ ਬਣ ਜਾਂਦਾ ਸੀ। ਇਸ ਬਿਮਾਰੀ ਦੇ ਨਾਲ ਪੀੜਿਤ ਇਨਸਾਨ ਨਾ ਤਾਂ ਬੋਲ ਸਕਦਾ ਸੀ ਤੇ ਨਾ ਹੀ ਹਿਲਜੁਲ ਕਰ ਸਕਦਾ ਸੀ। 1915 ਤੋਂ ਲੈ ਕੇ 1926 ਤੱਕ ਇਸ ਭਿਆਨਕ ਮਹਾਮਾਰੀ ਦੇ ਤਕਰੀਬਨ 5 ਲੱਖ ਲੋਕਾਂ ਦੀ ਜਾਨ ਲਈ। ਜਿਸ ਰਹੱਸਮਈ ਤਰੀਕੇ ਦੇ ਨਾਲ ਇਹ ਬਿਮਾਰੀ ਆਈ ਸੀ, ਤੇ ਉਵੇਂ ਹੀ ਉਹ ਰਹੱਸਮਈ ਤਰੀਕੇ ਦੇ ਨਾਲ ਇਹ ਬਿਮਾਰੀ ਗਾਇਬ ਹੋ ਗਈ। 1930 ਦੇ ਵਿੱਚ ਸਾਈਕੋਲੋਜਿਸਟ ਵੈਨਸਲਿਪ ਕਲੋਂਗ ਅਤੇ ਉਹਨਾਂ ਦੀ ਪਤਨੀ ਨੇ ਇੱਕ ਬੇਬੀ ਚਪੈਂਜੀ ਨੂੰ ਅਡਾਪਟ ਕਰ ਲਿਆ। ਉਹਨਾਂ ਨੇ ਇਸ ਚਪੈਂਜੀ ਨੂੰ ਆਪਣੇ 10 ਮਹੀਨਿਆਂ ਦੇ ਬੱਚੇ ਡੋਨਲਡ ਦੇ ਨਾਲ ਪਾਲਣ ਦਾ ਫੈਸਲਾ ਕੀਤਾ। ਇਸ ਐਕਸਪੈਰੀਮੈਂਟ ਦੇ ਨਾਲ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਬਚਪਨ ਤੋਂ ਹੀ ਜਦੋਂ ਇੱਕ ਚਪੈਂਜੀ ਦਾ ਬੱਚਾ ਇਨਸਾਨ ਦੇ ਬੱਚੇ ਦੇ ਨਾਲ ਰਹੇਗਾ ਤਾਂ ਕੀ ਉਹ ਇਨਸਾਨੀ ਵਤੀਰਾ ਸਿੱਖ ਪਾਊਗਾ ਜਾਂ ਨਹੀਂ। 9 ਮਹੀਨੇ ਤੱਕ ਡੋਨਲਡ ਅਤੇ ਬੇਬੀ ਚਪੈਂਜੀ ਨੂੰ ਇਕੱਠੇ ਰੱਖਣ ਤੋਂ ਬਾਅਦ ਉਹਨਾਂ ਨੂੰ ਇਹ ਐਕਸਪੈਰੀਮੈਂਟ ਰੋਕਣਾ ਪਿਆ, ਕਿਉਂਕਿ ਉਹਨਾਂ ਦਾ ਬੇਟਾ ਡੋਨਲਡ ਚਪੈਂਜੀ ਦੀ ਤਰ੍ਹਾਂ ਹਰਕਤਾਂ ਕਰਨ ਲੱਗ ਗਿਆ ਸੀ ਤੇ ਉਹ ਚਪੈਂਜੀ ਜਿਹੀਆਂ ਆਵਾਜ਼ਾਂ ਵੀ ਕੱਢਣ ਲੱਗ ਗਿਆ ਸੀ। 1471 ਦੇ ਵਿੱਚ ਸਵਿਟਰਲੈਂਡ ਦੀ ਇੱਕ ਕੋਰਟ ਨੇ ਇੱਕ ਮੁਰਗੀ ਦੇ ਉੱਪਰ ਮੁਕੱਦਮਾ ਚਲਾਇਆ। ਮੁਰਗੀ ਦਾ ਕਸੂਰ ਇਹ ਸੀ ਕਿ ਉਸਨੇ ਇੱਕ ਚਮਕੀਲਾ ਜਿਹਾ ਦੇਖਣ ਵਾਲਾ ਆਂਡਾ ਦੇ ਦਿੱਤਾ ਸੀ। ਸਥਾਨਕ ਲੋਕਾਂ ਦਾ ਇਹ ਮੰਨਣਾ ਸੀ ਕਿ ਇਹ ਇੱਕ ਸ਼ੈਤਾਨੀ ਇਸ਼ਾਰਾ ਹੈ, ਤੇ ਬਾਅਦ ਦੇ ਵਿੱਚ ਮੁਰਗੀ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਗਿਆ ਤੇ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਲੂਇਸ ਕੋਲਨ ਨਾਮ ਦਾ ਇਹ ਇਨਸਾਨ ਆਪਣੀ 13 ਫੁੱਟ ਲੰਬੀ ਦਾੜੀ ਦੇ ਲਈ ਜਾਣਿਆ ਜਾਂਦਾ ਸੀ। ਉਹ ਆਪਣੀ ਇਸ ਦਾੜੀ ਦੇ ਵਿੱਚ ਹਮੇਸ਼ਾ ਆਪਣੀ ਪਾਲਤੂ ਬਿੱਲੀ ਨੂੰ ਬਿਠਾ ਕੇ ਰੱਖਦੇ ਸੀ। ਗ੍ਰੈਂਡਪਾ ਡੋਬਰੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਆਦਮੀ ਬੁਲਗੇਰੀਆ ਦਾ ਰਹਿਣ ਵਾਲਾ ਸੀ। ਇਹ ਆਦਮੀ ਹਰ ਰੋਜ਼ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਚਰਚ ਕੋਲ ਜਾਂਦਾ ਸੀ ਤੇ ਉੱਥੇ ਬੈਠ ਕੇ ਸਾਰਾ ਦਿਨ ਭੀਖ ਮੰਗਦਾ ਸੀ। ਇਸ ਇਨਸਾਨ ਨੇ ਆਪਣੀ ਸਾਰੀ ਜ਼ਿੰਦਗੀ ਭੀਖ ਮੰਗ ਮੰਗ ਕੇ ਗੁਜ਼ਾਰ ਲਈ। ਸਾਰੀ ਜ਼ਿੰਦਗੀ ਭੀਖ ਮੰਗ ਕੇ ਜਿੰਨਾ ਪੈਸਾ ਇਸ ਇਨਸਾਨ ਕੋਲ ਇਕੱਠਾ ਹੋਇਆ ਸੀ, ਇਸਨੇ ਉਹ ਸਾਰਾ ਪੈਸਾ ਅਨਾਥ ਆਸ਼ਰਮ ਅਤੇ ਲੋਕ ਭਲਾਈ ਵਾਲੇ ਕੰਮਾਂ ਦੇ ਵਿੱਚ ਲਾ ਦਿੱਤਾ। 2018 ਦੇ ਵਿੱਚ 103 ਸਾਲ ਦੀ ਉਮਰ ਦੇ ਵਿੱਚ ਗ੍ਰੈਂਡਪਾ ਡੋਬਰੀ ਦੀ ਮੌਤ ਹੋ ਗਈ, ਤੇ ਬੁਲਗੇਰੀਆ ਦੇਸ਼ ਦੇ ਵਿੱਚ ਹਰ ਕੋਈ ਅੱਜ ਇਹਨਾਂ ਦੀ ਸੇਵਾ ਨੂੰ ਸਲਾਮ ਕਰਦਾ ਹੈ। ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਟਾਈਟੈਨਿਕ ਜਹਾਜ਼ ਦੀ ਆਖਰੀ ਤਸਵੀਰ ਹੈ। ਇਹ ਫੋਟੋ ਟਾਈਟੈਨਿਕ ਜਹਾਜ਼ ਦੇ ਡੁੱਬਣ ਤੋਂ 3 ਦਿਨ ਪਹਿਲਾਂ ਲਈ ਗਈ ਸੀ। ਮਾਇਆ ਸਭਿਅਤਾ ਤੇ ਏਸ਼ੀਅਨਟ ਗ੍ਰੀਕ ਲੋਕਾਂ ਦਾ ਮੰਨਣਾ ਸੀ ਕਿ ਜਦੋਂ ਸਾਨੂੰ ਉਬਾਸੀ ਆਉਂਦੀ ਹੈ ਤਾਂ ਸਾਡੀ ਆਤਮਾ ਸਾਡੇ ਸਰੀਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ। ਇਸ ਲਈ ਉਹ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਉਬਾਸੀ ਲੈਂਦੇ ਸਮੇਂ ਆਪਣੇ ਮੂੰਹ ਦੇ ਉੱਪਰ ਹੱਥ ਰੱਖ ਲੈਣਾ ਚਾਹੀਦਾ ਹੈ ਤਾਂ ਕਿ ਸਾਡੀ ਆਤਮਾ ਬਾਹਰ ਨਾ ਨਿਕਲ ਸਕੇ। ਇੱਕ ਮਸ਼ਹੂਰ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਜਦੋਂ ਇੱਕ ਦਰਵਾਜ਼ਾ ਬੰਦ ਹੋ ਜਾਂਦਾ ਹੈ ਤਾਂ ਪਰਮਾਤਮਾ ਦੂਸਰਾ ਦਰਵਾਜ਼ਾ ਖੋਲ ਦਿੰਦਾ ਹੈ। ਅਸਲ ਦੇ ਵਿੱਚ ਇਹ ਕਹਾਵਤ ਟੈਲੀਫੋਨ ਦੀ ਖੋਜ ਕਰਨ ਵਾਲੇ ਅਲੈਗਜ਼ੈਂਡਰ ਗ੍ਰਾਹਮ ਬੈਲ ਦਾ ਕੋਡ ਸੀ। ਅਸਲ ਦੇ ਵਿੱਚ ਇਹ ਇਸ ਤਰ੍ਹਾਂ ਹੈ ਕਿ ਜਦੋਂ ਇੱਕ ਦਰਵਾਜ਼ਾ ਬੰਦ ਹੋ ਜਾਂਦਾ ਹੈ ਤਾਂ ਪਰਮਾਤਮਾ ਦੂਜਾ ਦਰਵਾਜ਼ਾ ਖੋਲ ਦਿੰਦਾ ਹੈ, ਪਰ ਅਸੀਂ ਬੰਦ ਦਰਵਾਜ਼ੇ ਵੱਲ ਇੰਨਾ ਜ਼ਿਆਦਾ ਟਾਈਮ ਤੇ ਇੰਨੀ ਮਯੂਸੀ ਦੇ ਨਾਲ ਦੇਖਦੇ ਰਹਿੰਦੇ ਹਾਂ ਕਿ ਸਾਨੂੰ ਉਸ ਦਰਵਾਜ਼ੇ ਦਾ ਪਤਾ ਹੀ ਨਹੀਂ ਲੱਗਦਾ ਜੋ ਪਰਮਾਤਮਾ ਨੇ ਸਾਡੇ ਲਈ ਦੂਸਰਾ ਖੋਲ੍ਹਿਆ ਹੁੰਦਾ ਹੈ।
ਕੀ ਤੁਸੀਂ ਜਾਣਦੇ ਹੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦਾ ਦਿਮਾਗ ਪਿਛਲੇ 55 ਸਾਲਾਂ ਤੋਂ ਗਾਇਬ ਹੈ ਪ੍ਰੈਜ਼ੀਡੈਂਟ ਕੈਨੇਡੀ ਨੂੰ ਜਦੋਂ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਆਟੋਪਸੀ ਕਰਨ ਵੇਲੇ ਉਹਨਾਂ ਦਾ ਦਿਮਾਗ ਕੱਢ ਲਿਆ ਗਿਆ ਸੀ ਤੇ ਉਸ ਨੂੰ ਨੈਸ਼ਨਲ ਆਰਕਾਈਵ ਦੇ ਵਿੱਚ ਰੱਖ ਦਿੱਤਾ ਗਿਆ ਸੀ ਉਸ ਤੋਂ 3 ਸਾਲ ਬਾਅਦ ਇਹ ਖਬਰ ਆਉਂਦੀ ਹੈ ਕਿ ਪ੍ਰੈਜ਼ੀਡੈਂਟ ਦਾ ਦਿਮਾਗ ਕਿਸੇ ਨੇ ਚੋਰੀ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦਾ ਦਿਮਾਗ ਕਦੇ ਨਹੀਂ ਮਿਲਿਆ ਹੋਲੋਕਾਸਟ ਯਾਨੀ ਕਿ ਹਿਟਲਰ ਦੇ ਅਤਿਆਚਾਰਾਂ ਦੇ ਦੌਰਾਨ ਇਟਲੀ ਦੇ ਡਾਕਟਰਾਂ ਨੇ ਯਹੂਦੀਆਂ ਨੂੰ ਬਚਾਉਣ ਲਈ ਸਿੰਡਰੋਮ ਨਾਮ ਦੀ ਇੱਕ ਮਨਘੜਤ ਝੂਠੀ ਬਿਮਾਰੀ ਬਣਾਈ ਸੀ ਇਹ ਨਕਲੀ ਬਿਮਾਰੀ ਇਟਾਲੀਅਨ ਡਾਕਟਰਾਂ ਨੇ ਯਹੂਦੀਆਂ ਨੂੰ ਬਚਾਉਣ ਦੇ ਲਈ ਬਣਾਈ ਸੀ ਇਹ ਉਹ ਯਹੂਦੀ ਸਨ ਜਿਹੜੇ ਹਿਟਲਰ ਦੀ ਸੈਨਾ ਤੋਂ ਡਰਦੇ ਹੋਏ ਇਟਾਲੀਅਨ ਡਾਕਟਰਾਂ ਦੇ ਹਸਪੀਟਲ ਦੇ ਵਿੱਚ ਆ ਗਏ ਸਨ ਡਾਕਟਰਾਂ ਨੇ ਉਹਨਾਂ ਨੂੰ ਇਹ ਝੂਠੀ ਬਿਮਾਰੀ ਦੇ ਮਰੀਜ਼ ਬਣਾ ਕੇ ਕੁਆਰੰਟਾਈਨ ਕਰ ਦਿੱਤਾ ਹਿਟਲਰ ਦੀ ਸੈਨਾ ਨੂੰ ਲੱਗਿਆ ਕਿ ਇਹ ਕੋਈ ਘਾਤਕ ਅਤੇ ਤੇਜ਼ੀ ਦੇ ਨਾਲ ਫੈਲਣ ਵਾਲੀ ਬਿਮਾਰੀ ਹੈ ਇਸ ਲਈ ਉਹ ਹਸਪੀਟਲ ਦੇ ਨੇੜੇ ਤੇੜੇ ਵੀ ਨਹੀਂ ਗਏ ਤੇ ਇਸ ਤਰ੍ਹਾਂ ਉਹਨਾਂ ਯਹੂਦੀਆਂ ਦੀ ਜਾਨ ਬਚ ਗਈ ਲੇਖਕ ਜੇਕੇ ਰੋਲਿੰਗ ਦੁਨੀਆ ਦੀ ਪਹਿਲੀ ਅਜਿਹੀ ਲੇਖਕ ਹੈ ਜਿਹੜੀ ਆਪਣੀਆਂ ਕਿਤਾਬਾਂ ਵੇਚ ਕੇ ਬਿਲੀਅਨਰ ਬਣੀ ਹੈ ਅੱਜ ਤੱਕ ਕੋਈ ਵੀ ਲੇਖਕ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਵੇਚ ਕੇ ਬਿਲੀਅਨਰ ਨਹੀਂ ਬਣਿਆ ਇਹ ਉਹੀ ਲੇਖਕ ਹੈ ਜਿਸਨੇ ਹੈਰੀ ਪੋਟਰ ਫਿਲਮਾਂ ਲਿਖੀਆਂ ਨੇ ਜੌਨ ਲੀ ਨਾਮ ਦੇ ਇੱਕ ਹਤਿਆਰੇ ਨੂੰ 1884 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਫਾਂਸੀ ਦੇ ਦੌਰਾਨ ਜਲਾਦ ਵੱਲੋਂ 3 ਵਾਰ ਉਸ ਨੂੰ ਫਾਂਸੀ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਾਂਸੀ ਦੇਣ ਸਮੇਂ ਜੋ ਥੱਲੇ ਫੱਟਾ ਲੱਗਿਆ ਹੁੰਦਾ ਉਹ 3 ਵਾਰ ਹੀ ਨਹੀਂ ਖੁੱਲਿਆ ਇਹ ਉਹੀ ਫੱਟਾ ਹੁੰਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਇਨਸਾਨ ਦੀ ਹਵਾ ਵਿੱਚ ਲਟਕ ਕੇ ਗਲ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਫਿਰ ਇਹ ਅਪਰਾਧੀ ਦੀ ਫਾਂਸੀ ਦੀ ਸਜ਼ਾ ਨੂੰ ਕੈਨਸਲ ਕਰ ਦਿੱਤਾ ਗਿਆ ਆਂਦਰੇ ਸਤਿੰਦਰ ਨਾਮ ਦਾ ਇਹ ਇਨਸਾਨ ਇੱਕ ਸਾਊਥ ਅਫਰੀਕਨ ਪੁਲਿਸਮੈਨ ਅਤੇ ਇੱਕ ਅਪਰਾਧੀ ਸੀ ਇਹ ਇਨਸਾਨ ਸਾਊਥ ਅਫਰੀਕਾ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਬੈਂਕ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰਾ ਸੀ ਇਹ ਬਦਮਾਸ਼ ਬੜੇ ਹੀ ਜ਼ਾਲਮ ਤਰੀਕੇ ਦੇ ਨਾਲ ਜ਼ੁਲਮ ਕਰਨ ਦੇ ਲਈ ਜਾਣਿਆ ਜਾਂਦਾ ਸੀ ਕਈ ਵਾਰ ਇਹ ਆਪਣੇ ਲੰਚ ਟਾਈਮ ਦੇ ਵਿੱਚ ਹੀ ਬੈਂਕ ਲੁੱਟਦਾ ਤੇ ਫਿਰ ਆਪ ਹੀ ਉਸ ਬੈਂਕ ਦੇ ਵਿੱਚ ਜਾਂਚ ਅਧਿਕਾਰੀ ਬਣ ਕੇ ਪਹੁੰਚ ਜਾਂਦਾ ਇਹ ਸਾਂਝੀ ਇਤਿਹਾਸ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ